ਰਹਿਮਾਨ ਰਹੀਮ ਅਸਲਾਮ ਅਲੈਕਮ। ਮੈਂ ਆਪਕਾ ਵੀਰ ਦੋਸਤ ਗੁਲਾਮ ਮੁਰਤਜ਼ਾ, ਤੁਸੀਂ ਦੇਖ ਰਹੇ ਮੁਰਤਜ਼ਾ ਟੀਵੀ। ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਇੱਕ ਬੈੱਲ ਦਾ ਬਟਨ ਲਾ ਲਓ ਵੀ ਓਕੇ ਕਰੋ, ਕਿਉਂਕਿ ਹਰ ਵੀਡੀਓ ਮੇਰੇ ਇਹਨਾਂ ਦੋਸਤਾਂ ਲਈ ਜਲਦੀ ਜਲਦੀ ਪਹੁੰਚ ਸਕੇ। ਦੋਸਤਾਂ ਲਈ ਅੱਜ ਸਸਤੇ ਜਿਹੇ ਮੁੱਲ ਵਾਲੀ ਮੱਝ ਲੈ ਕੇ ਆਏ, ਮਾਸ਼ਾਅੱਲਾ ਚੰਗੀ ਖੂਬਸੂਰਤ ਹੈ ਅਤੇ ਤਕਰੀਬਨ 3 ਮੱਝਾਂ ਨੇ। ਵੀਡੀਓ ਐਂਡ ਤੀਕਰ ਦੇਖਣੀ ਹੈ ਅਤੇ ਮਾਲਕ ਦਾ ਨੰਬਰ ਵੀ ਹੋਵੇਗਾ, ਮਾਲਕ ਨਾਲ ਖੁਦ ਤੁਸੀਂ ਰਾਬਤਾ ਕਰਨਾ ਅਤੇ ਅਸੀਂ ਮੱਝਾਂ ਦਿਖਾਉਣੇ ਹਾਂ। ਪਹਿਲੇ ਮਾਲਕ ਦਾ ਨੰਬਰ ਵੀ ਵਿੱਚ ਦੇ ਦਿੰਦੇ ਹਾਂ। ਸਰ ਜੀ ਆਪਣਾ ਨੰਬਰ ਦੱਸਿਆ ਜੀ। 0300 ਜੀ 90 54 879। ਠੀਕ ਹੈ। ਇਹ ਮੱਝ ਤਾਜ਼ੀ ਸੂਈ ਹੈ, ਕੱਲ੍ਹ ਸੂਈ ਹੈ ਜੀ। ਡਰਦੀ ਹੈ ਥੋੜ੍ਹਾ ਜਿਹਾ, ਵਾਹਨਾ ਮਾਸ਼ਾਅੱਲਾ ਚੰਗਾ ਸੋਹਣਾ ਥਣ ਲੱਗਿਆ। ਮਗਰ ਕੱਟੀ ਕੱਟਾ ਮਗਰ ਕੱਟੀ ਜੀ, ਪਰ ਆ ਜਾ ਖਲੋਵੇ ਦਾ ਕਿਸੇ ਮਨੇ ਮੇਰੇ ਲਈ ਵੇਖੀ ਜਾਂਦੀ, ਡਰਦੀ ਹੈ ਤੈਨੂੰ ਮੈਂ ਕੀ ਆਉਂਦਾ ਡਰਦੀ ਬੜਾ। ਤੂੰ ਆਪ ਬਣਾ ਯਾਰ ਵਧੀਆ, ਸਰ ਜੀ ਤੁਸੀਂ ਆਪ ਬਣਾਓ, ਸਾਥੋਂ ਤਾਂ ਡਰਦੀ ਬਹਾਨੇ ਜੀ ਪਿੱਛੋਂ ਚੰਗੀ ਬਸ ਠੀਕ ਨਹੀਂ ਬਸ ਠੀਕ ਯਾਰ। ਅੱਗੇ ਖਲੋਇਆ ਜੀ ਤੁਸੀਂ ਡਰਦੀ ਆ ਅੱਗੋਂ ਫੜ ਤੇ ਨਹੀਂ ਖਲੋਂਦਾ ਕੋਈ ਜਣਾ ਯਾਰ, ਸੰਗਲ ਨਹੀਂ ਪਾ ਲੈਂਦੇ ਸੱਦੂ ਲੈ ਕੇ ਆਇਆ। ਡੇਰੀ 'ਚ ਖੜੀ ਹੈ ਨਾ, ਡੇਰੀ 'ਚ ਕੋਈ ਬੰਦਾ ਆਵੇ ਤਾਂ ਦਾਤੀਆਂ ਨੇ ਹੁੰਦੇ, ਡਾਕਟਰ ਆ ਕੇ ਫਿਰ ਟੀਕੇ ਲਾਉਣ। ਬਸ ਠੀਕ ਹੈ ਬਸ ਠੀਕ। ਅੱਗੋਂ ਫੜ ਅੱਗੋਂ ਫੜ ਖਾਂ ਅਲੀ ਨਾ ਕਰ ਅਲੀ ਤੂੰ ਪਰਿਆ ਜਾ ਇਸ਼ਕ ਦੇ ਮੇਰੇ ਨਾਲ ਫੜ ਤੋ ਛੋਟਾ ਹੁੰਦਾ ਹਾਂ ਅਸੀਂ ਜਾਂਦੇ ਨਹੀਂ ਹੋ ਜਾਂਦੇ। ਦੂਸਰੀਆਂ ਕਿਹੜੀਆਂ ਮਾਲ ਸਾਰਾ ਹੀ ਡਰਦਾ ਜੀ, ਕੱਟੀ ਤਾਜ਼ੀ ਸੂਈ ਕੱਲ ਸੂਈ ਬਸ ਸਹੀ ਬਣ ਗਈ। ਮਿਨੀ ਮੈਂ ਦੀ ਮਾਸ਼ਾਅੱਲਾ ਲੱਗਦਾ ਜੀ 2 ਮਹੀਨੇ ਦੀ ਸੂਈ, 1.5 ਮਹੀਨੇ ਦੀ
ਆ ਮਿਨੀ ਮਾਜ ਦਾ ਜੀ ਬੱਚਾ, ਮਾਜ ਨੰਬਰ 2 ਦਿਖਾਣੇ ਆ ਤੁਹਾਨੂੰ। ਆ ਮਿਨੀ ਮੈਂ ਆ ਮਿਨੀ ਆ ਮਿਨੀ ਆ ਜੀ ਮਿਨੀ ਮਾਜ ਚੱਲ ਪਰ ਦੂਜੀਆਂ ਗੱਲਾਂ ਮਾਲਕ ਨਾਲ ਕਰਨੇ ਆ। ਸਲਾਮੁਅਲੈਕਮ ਸਰ ਜੀ। ਵਾਲੇਕੁਮ ਸਲਾਮ ਸਰ ਜੀ, ਦੁਬਾਰਾ ਨੰਬਰ ਫਿਰ ਆਪਣਾ ਦੱਸ ਦਿਓ। ਨੰਬਰ ਹੈਗਾ ਜੀ 0390-54-879। ਵਟਸਐਪ ਵੀ ਇਹਦੇ 'ਤੇ ਬਣੀ? ਵਟਸਐਪ ਨੰਬਰ ਹੈਗਾ ਵਾ 0301-71-21-941। ਅੱਛਾ ਸਰ ਜੀ, ਕਿਹੜੀ ਪਹਿਲੇ ਨੰਬਰ 'ਤੇ ਮੱਝ ਆਪਾਂ ਤਾਜ਼ੀ ਸੂਈ ਹੈ? ਹਾਂਜੀ, ਕੱਲ੍ਹ ਸੂਈ ਹੈ। ਅਤੇ ਤਕਰੀਬਨ ਉਹ ਕਿੰਨਾ ਕੁ ਦੁੱਧ ਆਉਂਦਾ, ਕੀ ਰਿਕਾਰਡ ਰਿਕੂਡ? ਉਹ ਤਾਂ ਜੀ ਅਜੇ ਇੱਕ ਦਿਨ ਹੀ ਹੋਇਆ ਵਾ, ਬੋਲੇ ਦੇ ਵਿੱਚ ਹੈਗੀ ਆ। ਤਕਰੀਬਨ ਕਿੰਨੇ ਸੂਬੇ? ਤਕਰੀਬਨ ਚੌਥੇ ਸੂਬੇ ਹੈਗੀ ਜੀ। ਚੌਥੇ ਸੂਬੇ? ਹਾਂਜੀ, ਇਹ ਤਾਂ ਲੱਗਦੀ ਮਾਸ਼ਾ ਅੱਲਾ ਤੀਜੇ ਸੂਬੇ। ਹਾਂਜੀ, ਆਪਾਂ ਕਿੰਨਾ ਕੁ ਦੁੱਧ ਦਿੰਦੀ ਰਹੀ ਹੈ? ਤਕਰੀਬਨ ਦੁੱਧ ਤਕਰੀਬਨ 10-12 ਲੀਟਰ ਦਿੰਦੀ ਹੈ ਜੀ। 10-12 ਲੀਟਰ। ਅੱਛਾ ਸਰ ਜੀ, ਮੁੱਲ ਕਰਿਆ ਜਾਇਜ਼ ਜਾਇਜ਼, ਕਿਉਂਕਿ ਤੁਹਾਡੇ ਨੰਬਰ ਵਿੱਚ ਦੱਸ ਦਿੱਤਾ ਦੋਸਤ, ਤੁਹਾਡੇ ਨਾਲ ਖੁਦ ਹੀ ਰਾਬਤਾ ਕਰ ਲੈਂਦੇ, ਉਹਦੀ ਫਾਈਨਲ ਡਿਮਾਂਡ ਕੀ ਹੈ? ਉਹਦੀ ਫਾਈਨਲ ਜੀ 2.25 ਲੱਖ। 2.25 ਲੱਖ, ਜ਼ਿਆਦਾ ਨਹੀਂ ਸਰ ਜੀ? ਠੀਕ ਹੈ, ਨਹੀਂ ਜ਼ਿਆਦਾ ਸਰ। ਮੌਸਮ ਵੀ ਤਾਂ ਦੇਖੋ ਜੀ, ਮੌਸਮ ਤਾਂ ਦੇਖਿਆ, ਮੱਝ ਵੀ ਚੌਥੇ ਸੂਬੇ ਜੀ। ਚਲੋ 2 ਦੀ ਦੇ ਦੇਣਾ, 2 ਚੋਂ ਵੀ ਪਿਆਰ ਮੁਹੱਬਤ ਦੋਸਤਾਂ ਨਾਲ ਕਰ ਲੈਣਾ ਤੁਸੀਂ, ਠੀਕ ਹੈ? ਚਲੋ ਤਾਂ ਜੀ, ਕੋਈ ਰਾਬਤਾ ਕਰਨੇ ਤੁਸੀਂ ਕਰ। ਅਤੇ ਕਿਹੜੀ ਮੱਝ ਨੰਬਰ 2 ਦਿਖਾਈ ਆਪਾਂ ਮੀਨੀ? ਹਾਂਜੀ, ਇਹ ਕਿੰਨੇ ਦਿਨ ਹੋ ਗਏ ਸੂਈ? ਇਹ ਤਕਰੀਬਨ 1.5 ਮਾਹ ਹੈ। ਦੁੱਧ ਕਿੰਨਾ ਕਰ ਲਈ? ਦੁੱਧ ਇਹਦਾ 8-9 ਕਿਲੋ ਹੈ ਤਕਰੀਬਨ। 8-9 ਕਿਲੋ, ਇਹਦੀ ਡਿਮਾਂਡ ਕੀ ਹੈ? ਬਗੈਰ ਵੰਡੇ ਵੁੰਡੇ ਤੋਂ ਇਹਦੀ ਡਿਮਾਂਡ? ਇਹ 2.25 ਦੀ। ਇਹ 2.25 ਦੀ? ਹਾਂਜੀ, ਇਹਦਾ ਮੁੱਲ ਜ਼ਿਆਦਾ, ਥੋੜ੍ਹਾ ਜਿਹਾ ਪਿਆਰ ਮੁਹੱਬਤ ਕਰ ਲਿਆ ਜੀ ਦੋਸਤਾਂ ਨਾਲ। ਠੀਕ ਹੈ ਜੀ। ਅਤੇ ਕਿਹੜੀ ਤੀਜੇ ਨੰਬਰ ਵਾਲੀ ਦਿਖਾਈ? ਉਹ ਵੀ ਇਹਨੇ ਦੇ ਦੇਵਾਂਗੇ ਜੀ। ਉਹ ਵੀ 2.25 ਦੇ? ਉਹ ਵੀ ਇਹਨਾਂ ਚਾਹੀਦੀ ਸੂਈ। ਉਹਦੇ ਥੱਲੇ ਦੁੱਧ ਕਿੰਨਾ ਕੁ? ਉਹ ਦੁੱਧ ਤਕਰੀਬਨ 8-10 ਕਿਲੋ ਹੈ। ਉਹਦੇ ਮਗਰ ਬੱਚਾ ਕੀ? ਉਹਦੇ ਮਗਰ ਵੀ ਬੱਚਾ ਹੈ, ਉਹਦੇ ਬਰਾਬਰ ਹੀ ਬੱਚਾ ਹੈਗਾ। ਉਹਦੇ ਬਰਾਬਰ ਹੀ ਕੱਟਾ ਹੁੰਦਾ? ਉਹਨਾਂ ਦਿਖਾ ਦੇਵਾਂਗੇ ਕੱਟਾ? ਹਾਂਜੀ, ਦਿਖਾ ਦਿੰਦੇ। ਦਿਖਾਓ, ਇਹ ਦਿਖਾਓ ਵੀ। ਇਹ ਸਰ ਜੀ ਨਾਲ ਰਾਬਤਾ ਕਰ ਲੈਣਾ, ਕਿਸੇ ਦੋਸਤ ਵੀਰ ਨੂੰ ਪਸੰਦ ਆਵੇ, ਪਿਆਰ ਮੁਹੱਬਤ ਹੋਰ ਕਰੇਗਾ, ਜਾਇਜ਼ ਹੀ ਇਨਸ਼ਾਅੱਲਾ ਕਰੇਗਾ। ਡਿਮਾਂਡ ਤਾਂ ਫਿਰ ਤੁਹਾਨੂੰ ਪਤਾ, ਮਾਲਕ ਮੰਗਦਾ ਹੀ ਹੁੰਦਾ ਹੈ, ਲੇਕਿਨ ਮੁੱਲ ਜਾਇਜ਼ ਹੀ ਇਨਸ਼ਾਅੱਲਾ ਕਰੇਗਾ। ਉਹਦਾ ਬੱਚਾ ਕਿਹੜਾ? ਤੀਸਰੇ ਨੰਬਰ ਵਾਲੀ ਦਾ ਬੱਚਾ ਕਿਹੜਾ? ਦੱਸ ਕਿਹੜਾ? ਬੰਦੇ ਨੇ ਬੱਚਿਆਂ ਨੂੰ ਦੋ ਸ਼ਬਦ ਜ਼ਿਆਦਾ ਛੱਡ ਦੇਈਦਾ। ਮਾਸ਼ਾਅੱਲਾ ਬੱਚੇ ਚੰਗੇ ਬੱਚੇ ਜ਼ਰਾ। ਅਤੇ ਮੈਂ ਰਿਕੁਐਸਟ ਫਿਰ ਕਰਨਾ ਸਰ ਜੀ, ਮੁੱਲ ਜਾਇਜ਼ ਕਰਿਆ ਜੇ, ਕੋਈ ਦੋਸਤ ਰਾਬਤਾ ਕਰੇਗਾ ਤਾਂ ਬਿਲਕੁਲ ਜਾਇਜ਼ ਕਰ ਲਾਂਗੇ। ਹਾਂਜੀ, ਇਨਸ਼ਾਅੱਲਾ ਜੀ,
ਸਰ ਜੀ ਹੋਰਾਂ ਨਾਲ ਰਾਬਤਾ ਕਰ ਲੈਣਾ, ਮੁੱਲ ਜਾਇਜ਼ ਕਰਨ ਦੇ ਕੱਟਾ ਮਾਸ਼ਾਅੱਲਾ ਬੜਾ ਨਸਲੀ ਰੱਖਿਆ ਹੋਇਆ ਵਿੱਚ। ਜਲਦ ਦਿਓ ਮਿਲਣੇ ਅੱਛੀ ਵੀਡੀਓ ਨਾਲ। ਪਾਕਿਸਤਾਨ ਜ਼ਿੰਦਾਬਾਦ।